ਐਸਆਈ ਜਿਹੜਾ ਸੀਗੇ ਉਹ ਆਪਣੀ ਯੂਨੀਫਾਰਮ ਪਾ ਕੇ ਜਾਂਦੇ ਸੀ ਤਾਂ ਕਿ ਇਹਨਾਂ ਨੂੰ ਰਸਤੇ 'ਚ ਕੋਈ ਰੋਕੇ ਨਾ। ਰਜਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ, ਉਹਦੇ ਨਾਲ ਉਹਦੇ ਦੋ ਸਾਥੀ ਨੇ, ਇੱਕ ਲੇਡੀ ਹੈ ਔਰ ਇੱਕ ਹੋਰ ਵਿਅਕਤੀ ਹੈ। ਔਰ ਇਹ ਮੱਧ ਪ੍ਰਦੇਸ਼ ਤੋਂ ਕਾਪੀ ਹਸਤ ਲੈ ਕੇ ਆਉਂਦੇ ਸੀ ਔਰ ਇੱਥੇ ਆਪਣੇ ਨੈਟਵਰਕ ਦੇ ਵਿੱਚ ਇਹਨੂੰ ਡਿਸਟ੍ਰੀਬਿਊਟ ਕਰਦੇ ਸੀ, ਵੇਚਦੇ ਸਨ। ਔਰ ਸਕਾਰਪੀਓ ਗੱਡੀ ਜਿਹੜੀ ਇੰਟਰਸੈਪਟ ਕੀਤੀ ਹੈਗੀ ਹੈ ਉਹ ਬਿਲਕੁਲ ਫਰੀ ਲੋਡਡ ਸੀਗੀ, 3.5 ਕੁਇੰਟਲ ਕਾਪੀ ਹਸਤ ਜਿਹੜੀ ਉਹਦੇ ਨਾਲ ਹੈਗੀ ਹੈ। ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ, ਮੈਂ ਹਾਂ ਗੁਰਵਿੰਦਰ। ਖਬਰ ਪੰਜਾਬ ਪੁਲਿਸ ਨੂੰ ਨੰਗਿਆ ਕਰ ਰਹੀ ਹੈ। ਦਰਅਸਲ ਪੰਜਾਬ ਪੁਲਿਸ ਦੀ ਇੱਕ ਕਰਤੂਤ ਜੱਗ ਜ਼ਾਹਿਰ ਹੋਈ ਹੈ। ਲੁਧਿਆਣਾ ਦੀ ਇਹ ਖਬਰ ਹੈ, ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਪੁਲਿਸ ਮੁਲਾਜ਼ਮ 3.5 ਕੁਇੰਟਲ ਭੁੱਕੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਸਮਰਾਲਾ ਤੋਂ ਲੁਧਿਆਣਾ ਵੱਲ ਇੱਕ ਸਕਾਰਪੀਓ ਕਾਰ ਜਾ ਰਹੀ ਸੀਗੀ, ਜਿਸ ਨੂੰ ਨਾਕਾ ਲਗਾ ਕੇ ਪੁਲਿਸ ਨੇ ਸੂਹ ਦੇ ਆਧਾਰ 'ਤੇ ਕਾਬੂ ਕਰ ਲਿਆ। ਜਦੋਂ ਉਸਦੀ ਤਲਾਸ਼ੀ ਕੀਤੀ ਗਈ ਤਾਂ 3.5 ਕੁਇੰਟਲ ਉਹਦੇ ਵਿੱਚੋਂ ਭੁੱਕੀ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜੇਕਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੌਮਾਂਤਰੀ ਬਾਜ਼ਾਰ ਵਿੱਚ ਉਸ ਦੀ ਕੀਮਤ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਕਾਰ ਦੇ ਵਿੱਚ, ਸਕਾਰਪੀਓ ਗੱਡੀ ਦੇ ਵਿੱਚ ਪੁਲਿਸ ਮੁਲਾਜ਼ਮ ਸਵਾਰ ਸੀਗਾ ਜੋ ਇਹ ਕਾਲਾ ਧੰਦਾ ਕਰਦਾ ਸੀਗਾ। ਜੇਕਰ ਪੰਜਾਬ ਪੁਲਿਸ ਸਭ ਨੂੰ ਸੁਰੱਖਿਆ ਦੇਣ ਵਾਲੇ ਹੀ, ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦਾ ਇਸ ਤਰ੍ਹਾਂ ਉਲੰਘਣ ਕਰਨ ਲੱਗ ਪੈਣ ਜਾਂ ਫਿਰ ਇਹ ਕਾਲੀਆਂ ਭੇਡਾਂ ਰਲ ਕੇ ਜੇਕਰ ਇਸ ਤਰ੍ਹਾਂ ਨਸ਼ਾ ਤਸਕਰੀ ਕਰਨ, ਤਾਂ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀਗੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਨਾਲ ਕਿ ਘਰ ਘਰ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਹੈ ਉਸਨੂੰ ਖਤਮ ਕੀਤਾ ਜਾਵੇਗਾ। ਅਤੇ ਉਸ ਤੋਂ ਬਾਅਦ ਹਰ ਇੱਕ ਪੰਜਾਬ ਦੇ ਪੁਲਿਸ ਥਾਣੇ ਦੇ ਵਿੱਚ ਬਾਕਾਇਦਾ ਅਹਿਦ ਲਿਆ ਗਿਆ ਪੰਜਾਬ ਪੁਲਿਸ ਵੱਲੋਂ ਕਿ ਆਪਾਂ ਨਸ਼ਾ ਖਤਮ ਕਰਨ ਦੀ ਜਿਹੜੀ ਮੁਹਿੰਮ ਹੈ ਉਸ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਅਤੇ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਵਿੱਚ ਕਾਮਯਾਬ ਬਣਾਵਾਂਗੇ। ਪਹਿਲਾਂ ਦੇਖੋ ਜਦੋਂ ਲੁਧਿਆਣਾ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਤਾਂ ਕੀ ਕੁਛ ਕਿਹਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ? ਰਜਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ, ਉਹਦੇ ਨਾਲ ਉਹਦੇ ਦੋ ਸਾਥੀ ਨੇ, ਇੱਕ ਲੇਡੀ ਹੈ ਔਰ ਇੱਕ ਹੋਰ ਵਿਅਕਤੀ ਹੈ। ਔਰ ਇਹ ਮੱਧ ਪ੍ਰਦੇਸ਼ ਤੋਂ ਕਾਪੀ ਹਸਤ ਲੈ ਕੇ ਆਉਂਦੇ ਸੀ ਔਰ ਇੱਥੇ ਆਪਣੇ ਨੈਟਵਰਕ ਦੇ ਵਿੱਚ ਇਹਨੂੰ ਡਿਸਟ੍ਰੀਬਿਊਟ ਕਰਦੇ ਸੀ, ਵੇਚਦੇ ਸਨ। ASI ਰਜਿੰਦਰਪਾਲ ਸਿੰਘ ਇੱਥੇ ਡੱਬਾ ਪੁਲਿਸ ਸਟੇਸ਼ਨ ਦੇ ਵਿੱਚ ਪੋਸਟਡ ਸੀਗਾ, ਜਿਸ ਨੂੰ ਇਹਨਾਂ ਤੋਂ ਨਾਲ ਅਰੈਸਟ ਕੀਤਾ ਗਿਆ। ਇਹ ਇਹਨਾਂ ਨੇ ਆਪਣਾ ਨੈਟਵਰਕ ਬਣਾਇਆ ਹੋਇਆ ਸੀਗਾ, ਉੱਥੋਂ ਜਾ ਕੇ ਮੱਧ ਪ੍ਰਦੇਸ਼ ਤੋਂ ਲਿਆ ਕੇ ਇੱਥੇ ਫਿਰੋਜ਼ਪੁਰ, ਮੋਗਾ ਔਰ ਲੁਧਿਆਣਾ ਦੇ ਏਰੀਏ ਦੇ ਵਿੱਚ ਇਹਨੂੰ ਸੈੱਲ ਕਰਨ ਵਾਸਤੇ। ਔਰ ASI ਜਿਹੜਾ ਸੀਗੇ ਉਹ ਆਪਣੀ ਯੂਨੀਫਾਰਮ ਪਾ ਕੇ ਜਾਂਦੇ ਸੀ ਤਾਂ ਕਿ ਇਹਨਾਂ ਨੂੰ ਰਸਤੇ 'ਚ ਕੋਈ ਰੋਕੇ ਨਾ। ਔਰ ਸਕਾਰਪੀਓ ਗੱਡੀ ਜਿਹੜੀ ਇੰਟਰਸੈਪਟ ਕੀਤੀ ਹੈਗੀ ਹੈ ਉਹ ਬਿਲਕੁਲ ਫਰੀ ਲੋਡਡ ਸੀਗੀ, 3.5 ਕੁਇੰਟਲ ਕਾਪੀ ਹਸਤ ਜਿਹੜੀ ਉਹਦੇ ਨਹੀਂ ਹੈਗੀ ਹੈ, ਬਾਕੀ ਅਸੀਂ ਤਫਤੀਸ਼ ਚੱਲ ਰਹੀ। ਸਰ, ਕਿੰਨੇ ਦੇਰ ਤੋਂ ਇਸ ਵਾਰਦਾਤ ਦੇ ਵਿੱਚ ਲੱਗੇ ਹੋਏ ਸੀ? ਇਹ ਜੋ ਅੱਜ ਦਾ ਪ੍ਰੀਲਿਮਨਰੀ ਇਨਵੈਸਟੀਗੇਸ਼ਨ 'ਚ ਆਇਆ ਕਿ ਵੀ ASI ਤਾਂ ਇਹਨਾਂ ਨਾਲ 1 ਸਾਲ ਤੋਂ ਇਨਵੋਲਵ ਹੈ, ਲੇਕਿਨ ਜਿਹੜੇ ਬਾਕੀ ਦੇ ਮੈਂਬਰ ਨੇ ਉਹ 2013 ਤੋਂ ਹੀ ਇਸ ਧੰਦੇ 'ਚ ਲੱਗੇ ਹੋਏ ਨੇ। ਜਿਹੜੇ ਦੂਸਰੀ ਕੋ ਅਕਿਊਜ਼ਡ ਦਲਜੀਤ ਕੌਰ ਹੈ ਉਹ ਇੱਕ ਕੇਸ ਦੇ ਵਿੱਚ ਕਨਵਿਕਟਡ ਵੀ ਹੈ NDPS ਦੇ ਕੇਸ ਦੇ ਵਿੱਚ। ਸਰ, ਇਹਨੇ ਪ੍ਰੋਪਰਟੀ ਵੀ ਦੇਖੀ ਹੋਊਗੀ? ਬਿਲਕੁਲ ਜੀ, ਪ੍ਰੋਪਰਟੀਆਂ ਦੇਖੀਆਂ ਜਾਣਗੀਆਂ। ਪਤਾ ਲੱਗਿਆ ਕਿ ਇਹਨਾਂ 2 ਬਿਲਡਿੰਗਾਂ ਬਣਾਈਆਂ ਹੋਈਆਂ ਨੇ, ਸ਼ਾਇਦ ਇੱਕ ਦਾ ਪਲਾਟ ਵੀ ਹੋਰ ਬਣਾਇਆ ਹੋਇਆ ਔਰ 3-4 ਕਾਰਾਂ ਵੀ ਦੱਸੀਆਂ ਜਾਂਦੀਆਂ ਨੇ ਜਿਹੜੀਆਂ ਕਿ ਇਹਨਾਂ ਨੇ ਇਸੇ ਧੰਦੇ 'ਚੋਂ ਹੀ ਬਣਾਈਆਂ ਨੇ। ਸਰ, ਕੋਈ ਹੋਰ ਵੀ ਮੁਲਾਜ਼ਮ ਸਾਹਮਣੇ ਆ ਸਕਦੇ ਇਹਦੇ ਵਿੱਚ? ਇਹ ਤਫਤੀਸ਼ 'ਚ ਪਤਾ ਲੱਗੇਗਾ ਜੀ, ਅਜੇ ਕਿਉਂਕਿ ਅਰੈਸਟ ਹੋਈ ਆ, ਅਸੀਂ ਪੇਸ਼ ਕਰਾਂਗੇ ਕੋਰਟ 'ਚ, ਰਿਮਾਂਡ ਲਵਾਂਗੇ ਤਾਂ ਫਰਦਰ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ। ਜੇ ਕੋਈ ਹੋਰ ਵੀ ਇਨਵੋਲਵ ਆ ਡੈਫੀਨੇਟਲੀ ਕਾਰਵਾਈ ਕੀਤੀ ਜਾਏਗੀ। ਸਰ, ਇਹ MP ਤੋਂ ਕਿੰਨੇ ਵਾਰੀ ਲੈ ਕੇ ਆਏ ਆ? ਅਜੇ ਤੱਕ ਤਾਂ ਪ੍ਰੀਲਿਮਨਰੀ ਤੌਰ 'ਤੇ ਨਾ 5 ਤੋਂ 6 ਵਾਰੀ ਕਿਹਾ ਹੈਗਾ, ਬਾਕੀ ਡਿਟੇਲਸ ਪਤਾ ਲੱਗ ਜਾਣਗੀਆਂ ਇਹਨਾਂ ਦੀਆਂ ਇਨਵੈਸਟੀਗੇਸ਼ਨ ਦੇ ਦੌਰਾਨ। ਸਰ, ਜਦੋਂ ਇਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਬਣਾਈਆਂ ਹੋਈਆਂ ਨੇ, ਜਿਹੜੀਆਂ ਕਿ ਇਸ ਕੰਮ ਦੇ ਵਿੱਚੋਂ ਇਹਨਾਂ ਨੇ ਡਰੱਗਸ ਦੇ ਕੰਮ 'ਚੋਂ ਬਣਾਈਆਂ, ਅਸੀਂ ਉਹਨਾਂ ਨੂੰ ਫੋਰਫਿਟ ਕਰਾਂਗੇ। ਤੁਸੀਂ ਦੇਖਿਆ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਹੀ ਨਸ਼ਾ ਤਸਕਰ ਨਿਕਲਿਆ। ਇਹ ਉਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਕਦੇ ਤਸ਼ੱਦਦ ਢਾ ਕੇ ਨੌਜਵਾਨਾਂ ਨੂੰ ਮਾਰ ਦਿੰਦੇ ਨੇ ਅਤੇ ਕਈ ਵਾਰ ਨਸ਼ਾ ਤਸਕਰੀ ਦੇ ਵਿੱਚ ਜਿਹੜੀਆਂ ਲਿਪਤ ਇਸ ਤਰ੍ਹਾਂ ਦੀਆਂ ਭੇਡਾਂ ਨੇ ਉਹ ਪੰਜਾਬ ਪੁਲਿਸ ਦਾ ਨਾਮ ਖਰਾਬ ਕਰਦੀਆਂ ਨੇ, ਇਸ ਤਰ੍ਹਾਂ ਮੁਲਾਜ਼ਮਾਂ ਦਾ ਨਾਮ ਖਰਾਬ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਜਵਾਨੀ ਹੈ ਉਸ ਨੂੰ ਕਿਸ ਤਰ੍ਹਾਂ ਘੁਣ ਵਾਂਗ ਖਾ ਰਹੀਆਂ ਨੇ, ਇਹ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਲੁਧਿਆਣਾ ਦੀ ਇਹ ਖਬਰ ਹੈ। ਫਿਲਹਾਲ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ TV ਦੇ ਨਾਲ।
चमत्कार हुंदे ने, देखो अपनियां अखां सामने। 3 घंटे च हर परेशानी दा हल पाओ। 7 इलमां दे माहिर दिवानशु जोशी, मेरे किते नूं कोई कट नहीं सकदा, कट्टन वाले नूं मूंह मंगिया इनाम। परेशानी जिवें मनचाहा प्यार, पति पत्नी चनबण, काले जादू दा खात्मा, बीमारी दवा ना लगना, वशीकरण करवाओ, जिसनू चाहे उसनू अपने वस च करो। लाटरी नंबर पाओ भावें 649 होवे जां लोटोमैक्स। धोखेबाज प्रेमी प्रेमिका सौतन दुश्मन नू अपनियां अखां सामने तड़फदा वेखो। 7082844950